ਇਹ ਏਜੰਸੀਆਂ ਕਿਹੜੀਆਂ ਨੇ ਜਿਹੜੀਆਂ ਕਿ ਕੈਨੇਡਾ ਦੇ ਵਿੱਚ ਇਹ ਵੱਡਾ ਕਾਰਾ ਕਰਾ ਬੈਠੀਆਂ ਨੇ। ਕੈਨੇਡਾ ਦੇ ਵਿੱਚ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਇੱਕ ਮੰਦਿਰ ਦੇ ਵਿੱਚ ਗਰਮ ਖਿਆਲੀਆਂ ਦੇ ਵੱਲੋਂ ਦੂਸਰੇ ਧਿਰ ਦੇ ਲੋਕਾਂ ਨੂੰ ਕੁੱਟਣ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਝੰਡੇ ਤੱਕ ਲਹਿਰਾਏ ਗਏ। ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਦੇਸ਼ ਮੰਤਰਾਲੇ ਵਿਦੇਸ਼ ਮੰਤਰੀ ਜੈਸ਼ੰਕਰ ਹੋਰਾਂ ਦੇ ਵੱਲੋਂ ਵੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਪੂਰੇ ਘਟਨਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਨਾਲ ਦੀ ਨਾਲ ਟਰੂਡੋ ਸਰਕਾਰ 'ਤੇ ਇਹ ਨਿਸ਼ਾਨਾ ਕੱਸਿਆ ਹੈ ਕਿ ਜਲਦ ਐਕਸ਼ਨ ਲਿਆ ਜਾਵੇ। ਅਜਿਹੇ ਦੇ ਵਿੱਚ ਇੱਕ ਚਿਹਰਾ ਬੜਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਜਿਸ ਦਾ ਸਰਨੇਮ ਸੋਹੀ, ਮਤਲਬ ਇਹ ਪੰਜਾਬ ਦਾ ਇੱਕ ਪੁਲਿਸ ਵਾਲਾ ਸਰਜੈਂਟ ਹੈ ਜਿਹੜਾ ਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਗਰਮ ਖਿਆਲੀਆਂ ਦੇ ਨਾਲ ਦੇਖਣ ਨੂੰ ਮਿਲਿਆ ਹੈ। ਇਸ ਦਾ ਨਾਮ ਸੋਹੀ, ਜੇਕਰ ਪੂਰੇ ਨਾਮ ਦਾ ਜ਼ਿਕਰ ਕੀਤਾ ਜਾਵੇ ਤਾਂ ਹਰਿੰਦਰ ਸੋਹੀ ਜਿਹੜਾ ਕਿ ਸਰਜੈਂਟ ਕੈਨੇਡਾ ਪੁਲਿਸ ਦੇ ਵਿੱਚ ਆ, ਜਿੱਥੇ ਬ੍ਰੈਂਪਟਨ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ, ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਜਦੋਂ ਕਿ ਲੋਕ ਉੱਥੇ ਪ੍ਰਦਰਸ਼ਨ ਕਰਦੇ ਪਏ ਸਨ। ਇਸ ਤੋਂ ਬਾਅਦ ਇਸ ਸਰਜੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਗਲੀ ਕੀ ਕਾਰਵਾਈ ਹੋਵੇਗੀ ਦੇਖਣ ਵਾਲਾ ਹੋਵੇਗਾ। ਪਰ ਇਸ ਸਭ ਦੇ ਵਿੱਚ ਸਭ ਤੋਂ ਅਹਿਮ ਕੜੀ ਕੀ ਜੁੜਦੀ ਪਈ ਹੈ, ਇੱਕ ਪਾਸੇ ਜੇਕਰ ਪੰਜਾਬ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਰਾਜੂਆਣਾ ਤੋਂ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਜਿਹੜੀ ਸਜ਼ਾ, ਮੌਤ ਦੀ ਸਜ਼ਾ ਤੋਂ ਫਾਂਸੀ ਦੇ ਵਿੱਚ ਜਿਹੜੀ ਪਾਉਣ ਦੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਉਸ 'ਤੇ ਪਟੀਸ਼ਨ ਪਾਈ ਗਈ ਸੀ, ਉਸ ਦੀ ਸੁਣਵਾਈ ਸੀ ਉਸ ਦਿਨ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਆ ਜਿਹੜਾ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਉਹ ਘਟਾ ਕੇ ਜਾਂ ਫਾਂਸੀ ਜਾਂ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ, ਵੀ ਦੇਰੀ ਕਿਉਂ ਹੁੰਦੀ ਪਈ ਹੈ ਪਟੀਸ਼ਨ 'ਤੇ। ਉਸੇ ਦਿਨ ਇਹ ਜਿਹੜਾ ਮੁੱਦਾ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਉਂਬੜ ਜਾਂਦਾ ਹੈ। ਇਹ ਕੀ ਇਹ ਮੁੱਦਾ ਆਪਸ ਦੇ ਵਿੱਚ ਕੋਈ ਵੱਡਾ ਕਾਰਾ ਕਰਵਾਉਣ ਨੂੰ ਲੈ ਕੇ ਹੈ ਜਾਂ ਇਹ ਵੱਖੋ ਵੱਖਰੇ ਮੁੱਦੇ ਬਣ ਗਏ, ਇਹ ਇੱਕ ਸੋਚਣ ਵਾਲੀ ਕੜੀ ਹੈ। ਭਾਵੇਂ ਕਿ ਬਲਵੰਤ ਸਿੰਘ ਰਾਜੂਆਣਾ ਦੀ ਜੇਕਰ ਗੱਲ ਕੀਤੀ ਜਾਵੇ, ਉਹਨਾਂ ਦੀ ਸਜ਼ਾ ਮੁਆਫੀ ਦਾ ਜਿਹੜੇ ਸੁਣਵਾਈ ਹੈ ਇਹ 2-4 ਦਿਨ ਦੇ ਲਈ ਹੋਰ ਅੱਗੇ ਵਧਾ ਦਿੱਤੀ ਗਈ ਹੈ। ਅਜਿਹੇ ਦੇ ਵਿੱਚ ਸਭ ਤੋਂ ਖਾਸ ਗੱਲ ਕੀ ਹੈ, ਜਿਹੜਾ ਇਹ ਕੈਨੇਡਾ ਦੇ ਵਿੱਚ ਮੰਦਭਾਗੀ ਖਬਰ ਸਾਹਮਣੇ ਆਉਂਦੀ ਪਈ ਹੈ, ਇਸ ਤੋਂ ਬਾਅਦ ਇੰਡੀਆ ਦੇ ਵਿੱਚ ਕਈ ਵੱਡੇ ਚੈਨਲਾਂ ਦੇ ਵਿੱਚ ਡਿਬੇਟਸ ਸ਼ੁਰੂ ਹੋ ਗਈਆਂ ਨੇ, ਜਿੱਥੇ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਿਵ ਸੈਨਾ ਵਾਲੇ ਜਾਂ ਹਿੰਦੂ ਕੱਟੜਪੰਥੀ ਦੂਸਰੇ ਗਰਮ ਖਿਆਲੀਆਂ 'ਤੇ ਸ਼ਬਦੀ ਵਾਰ ਕਰਦੇ ਪਏ ਆ ਅਤੇ ਲੋਕਾਂ ਨੂੰ ਕੀ ਚੀਜ਼ ਪਰੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਇੱਕ ਵੱਡਾ ਦੁਖਾਂਤ ਬਣਦਾ ਜਾ ਰਿਹਾ ਹੈ। ਭਾਵੇਂ ਕਿ ਇੰਡੀਆ ਦੀ ਗੱਲ ਕੀਤੀ ਜਾਵੇ, ਵੱਡੇ ਪੱਧਰ 'ਤੇ ਜਿਹੜੇ ਹਿੰਦੂ ਧਰਮ ਦੇ ਵਿੱਚ ਗਰਮ ਖਿਆਲੀ ਨੇ ਉਹ ਇਹ ਆਖਦੇ ਪਏ ਨੇ ਕਿ ਉਹਨਾਂ ਗਰਮ ਖਿਆਲੀਆਂ 'ਤੇ ਜਲਦ ਕਾਰਵਾਈ ਕੀਤੀ ਜਾਵੇ, ਅਤੇ ਦੂਸਰੇ ਪਾਸੇ ਉਹ ਲੋਕ ਕਿਹੜੇ ਸਨ ਜਿਨ੍ਹਾਂ ਦੇ ਵੱਲੋਂ ਇਹ ਸ਼ਰਮਨਾਕ ਜਿਹੀ ਘਟਨਾ ਆਖ ਲਈਏ ਕਿ ਇੱਕ ਮੰਦਿਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਕੁੱਟਮਾਰ ਕਰਨੀ ਹੈ, ਇਹ ਕੌਣ ਸਨ? ਕਿ ਵਾਕਈ ਇਹ ਉਹੀ ਗਰਮ ਖਿਆਲੀ ਹੈ ਜਿਹੜੀ ਸਾਡੇ ਜ਼ਿਹਨ ਦੇ ਵਿੱਚ ਚੱਲਦੇ ਪਏ ਹੈ, ਕਿ ਅਸਲ ਦੇ ਵਿੱਚ ਮੁੱਦਾ ਕੀ ਬਣਦਾ ਪਿਆ? ਇਹ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਟਰੂਡੋ ਸਰਕਾਰ ਨੂੰ ਜਿਸ ਤਰ੍ਹਾਂ ਹਰ ਇੱਕ ਸਰਕਾਰ ਦੇ ਵੱਲੋਂ ਸੁਣਾਈਆਂ ਜਾ ਰਹੀਆਂ ਨੇ, ਉਸ ਤੋਂ ਬਾਅਦ ਜਸਟਿਨ ਟਰੂਡੋ PM ਉੱਥੋਂ ਦੇ ਕੀ ਐਕਸ਼ਨ ਲੈਣਗੇ, ਕੀ ਐਕਸ਼ਨ ਲੈਣਾ ਬਣਦਾ ਹੈ, ਤੁਹਾਨੂੰ ਕੀ ਲੱਗਦਾ ਹੈ, ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ।